ਅਸਿਕਾਲ ਪੰਜਾਬੀਓ ਅੱਜ ਆਪਾਂ ਗੱਲਬਾਤ ਕਰਨੀ ਆਇਆ ਹਾਈ ਕੋਰਟ ਦਾ ਕਿ ਜਿਹੜੀ ਸਕੂਲਾਂ ਦੀ ਫੀਸ ਹੈ ਉਹਦੇ ਸੰਬੰਧ ਚ ਹਾਈ ਕੋਰਟ ਦਾ ਫੈਸਲਾ ਇਹ ਆ ਗਿਆ ਕਿ ਸਾਰੇ ਜਿਹੜੀ ਸਾਰੀ ਦੀ ਸਾਰੀ ਫੀਸ ਹੈ ਅੱਗੇ ਤਾਂ ਜਿਵੇਂ ਕਿਹਾ ਗਿਆ ਕਿ ਸੀਗਾ ਕਿ 70 ਫੀਸਦੀ ਫੀਸ ਹੈ ਜਿਹੜੀ ਉਹ ਟਿਊਸ਼ਨ ਫੀਸ ਹੈ ਜਿਹੜੀ ਸਕੂਲ ਲੈ ਸਕਦੇ ਆ ਪਰ ਹੁਣ 100 ਦੀ 100 ਫੀਸਦੀ ਫੀਸ ਆ ਜਿਹੜੀ ਉਹ ਹਾਈ ਕੋਰਟ ਨੇ ਕਹਿਤਾ ਕਿ ਸਕੂਲ ਲੈ ਸਕਦੇ ਆ ਹਾਈ ਕੋਰਟ ਨੇ ਇਹ ਵੀ ਕਹਿਤਾ ਕਿ ਫੀਸ ਹੈ ਜਿਹੜੀ ਉਹ ਚਾਹੇ ਕਿਸੇ ਵੀ ਸਕੂਲ ਨੇ ਆਨਲਾਈਨ ਪੜ੍ਹਾਈ ਕਰਾਈ ਆ ਚਾਹੇ ਨਹੀਂ ਕਰਾਈ ਪਰ ਉਹ ਫੀਸ ਫਿਰ ਵੀ ਲੈ ਸਕਦੇ ਆ ਉਹਦੇ 'ਚ ਹੁਣ ਇਕੱਲੀ ਜਿਹੜੀ ਹੈਗੀ ਆ ਕੋਈ ਇਹ ਨਹੀਂ ਵੀ ਇਕੱਲਾ ਟਿਊਸ਼ਨ ਫੀਸ ਹੀ ਉਹ ਲੈਣਗੇ ਉਹ 'ਚ ਇਹ ਵੀ ਕਹਿ ਦਿੱਤਾ ਗਿਆ ਵੀ ਕਿ ਦਾਖਲਾ ਫੀਸ ਹੈ ਜਾਂ ਜਿਹੜੀਆਂ ਆਪਣੀ ਦੂਜੀ ਹੈਗੀ ਆ ਬੈਨਾਂ ਬੱਸਾਂ ਹੁੰਦੀਆਂ ਨੇ ਜਿਹੜੀਆਂ ਸਕੂਲਾਂ ਦੀਆਂ ਜਵਾਕਾਂ ਨੂੰ ਜਾਣ ਵਾਲੀਆਂ ਉਹਨਾਂ ਦੀ ਜਿਹੜੀ ਵਿੱਚ ਲਾਇਆ ਹੁੰਦੇ ਪੈਸੇ ਨੇ ਫੀਸ ਹੁੰਦੀ ਹੈ ਜਾਂ ਹੋਰ ਫੀਸਾਂ ਨੇ ਕੋਈ ਵੀ ਫੀਸ ਆ ਜਿਹੜੀ ਜਿਹੜੇ ਹਾਈ ਕੋਰਟ ਨੇ ਸਕੂਲਾਂ ਨੂੰ ਪੂਰੀ ਮਨਮਾਨੀ ਕਰਨ ਲਈ ਜਿਹੜਾ ਉਹ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਤਾ ਅਤੇ ਫੈਸਲੇ ਦਾ ਸਾਨੂੰ ਪਤਾ ਹੀ ਹੁੰਦਾ ਕਿ ਸਰਕਾਰਾਂ ਦੇ ਜਾਂ ਅਦਾਲਤਾਂ ਦੇ ਫੈਸਲੇ ਲੋਕਾਂ ਦੇ ਹੱਕ 'ਚ ਬਹੁਤ ਘੱਟ ਆਉਂਦੇ ਹੁੰਦੇ ਆ ਪਰ ਹੁਣ ਸਵਾਲ ਇੱਥੇ ਇਹ ਖੜ੍ਹਾ ਹੁੰਦਾ ਕਿ ਅਸੀਂ ਇਸ ਫੈਸਲੇ ਦੇ ਖਿਲਾਫ ਦੇਖੋ ਕਿੱਡਾ ਵੱਡਾ ਧੱਕਾ ਜਿਹਦਾ ਜਵਾਕ ਆਨਲਾਈਨ ਪੜ੍ਹਾਈ ਕੀਤੀ ਨਹੀਂ ਪਿਛਲੇ 4 ਮਹੀਨਿਆਂ 3 ਮਹੀਨਿਆਂ ਤੋਂ ਸਕੂਲ ਵੀ ਨਹੀਂ ਗਿਆ ਉਹ ਵੀ ਉਹਨੂੰ ਵੀ ਕਿਹਾ ਗਿਆ ਵੀ ਤੈਨੂੰ ਵੀ ਫੀਸ ਭਰਨੀ ਪੈਣੀ ਹੈ ਅਤੇ ਸਕੂਲਾਂ ਨੇ ਜਦੋਂ ਹੀ ਫੈਸਲਾ ਆਇਆ ਕੱਲ੍ਹ ਤੋਂ ਲੈ ਕੇ ਹਾਈ ਕੋਰਟ ਦਾ ਅਤੇ ਨਾਲ ਦੀ ਨਾਲ ਹੀ ਇਹ ਸ਼ੁਰੂ ਕਰਤਾ ਕੰਮ ਭੇਜਣ ਲੱਗ ਗਏ ਉਹ ਸੁਨੇਹੇ ਵਟਸਐਪਾਂ 'ਤੇ ਕਿ ਭਾਈ ਤੁਸੀਂ ਫੀਸ ਜਮ੍ਹਾਂ ਕਰਾ ਕੇ ਜਾਓ ਤੁਸੀਂ ਆਪਣੇ ਜਵਾਕਾਂ ਦੀਆਂ ਕਾਪੀਆਂ ਜਮ੍ਹਾਂ ਕਰਾ ਕੇ ਜਾਓ ਮੈਂ ਇੱਕ ਆਕਸਫੋਰਡ ਸਕੂਲ ਆ ਉਹਦਾ ਕਿਸੇ ਜਵਾਕ ਨੂੰ ਆਇਆ ਹੋਇਆ ਇੱਕ ਸੁਨੇਹਾ ਪੜ੍ਹ ਰਿਹਾ ਸੀ ਵਟਸਐਪ ਦੇ ਉੱਤੇ ਲਿਖਿਆ ਗਿਆ ਸੀ ਕਿ ਭਾਈ ਤੁਸੀਂ ਆਪਣੇ ਜਵਾਕਾਂ ਦੀਆਂ ਕਾਪੀਆਂ ਜਮ੍ਹਾਂ ਕਰਾ ਕੇ ਜਾਓ ਉਹ ਚੈੱਕ ਕਰਾ ਕੇ ਜਾਓ ਨਾਲੇ ਫੀਸ ਜਮ੍ਹਾਂ ਕਰਾ ਕੇ ਜਾਓ ਨਹੀਂ ਫਿਰ ਜੇ ਤੁਹਾਡੀ ਜਵਾਕ ਦੀ ਪੜ੍ਹਾਈ ਦਾ ਕੋਈ ਨੁਕਸਾਨ ਹੁੰਦਾ ਤਾਂ ਉਹ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਜਾਣੇ ਇਸ ਤਰ੍ਹਾਂ ਦੀਆਂ ਧਮਕੀਆਂ ਦੇਣੀਆਂ ਸਕੂਲਾਂ ਵਾਲਿਆਂ ਨੇ ਕੱਲ੍ਹ ਤੋਂ ਹੀ ਸ਼ੁਰੂ ਕਰਤੀਆਂ ਸੋ ਇਸ ਲਈ ਯਾਰ ਇੱਕ ਮੈਂ ਗੱਲ ਆਪਾਂ ਬਹੁਤ ਵਾਰੀ ਇਸ ਮਸਲੇ ਉੱਤੇ ਇਕੱਠੇ ਵੀ ਹੋਏ ਹਾਂ ਸਕੂਲਾਂ ਦੇ ਅੱਗੇ ਵੀ ਗਏ ਹਾਂ ਹੈ ਨਾ ਅਤੇ ਇੱਕ ਬਾਈ ਕਹਿੰਦਾ ਲੁਧਿਆਣੇ ਵਾਲੇ ਮੋਦੀਖਾਨੇ ਬਾਰੇ ਉਹ ਵੀਰ ਮੈਂ ਜਾਏ ਸੀ ਲੁਧਿਆਣੇ ਵੀ ਅਸੀਂ ਅਤੇ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰ ਲੈਂਦੇ ਪਹਿਲਾਂ ਸਕੂਲ ਵਾਲਾ ਮਸਲਾ ਆਪਾਂ ਗੱਲਬਾਤ ਸਾਂਝੀ ਕਰ ਲਈਏ ਕਿ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਜੇ ਤਾਂ ਲੁੱਟ ਕਰਾਉਣੀ ਆ ਕਰਾਈ ਉਹ ਤੁਹਾਡੀ ਮਰਜ਼ੀ ਆ ਮੈਂ ਤਾਂ ਬਥੇਰਾ ਤੁਹਾਨੂੰ ਪਹਿਲਾਂ ਵੀ ਪਿੱਟ ਪਿੱਟ ਮਰ ਗਿਆ ਤੁਹਾਡੇ ਨਾਲ ਮੀਟਿੰਗਾਂ ਕਰ ਕਰਕੇ ਵੀ ਮੈਂ ਥੱਕ ਗਿਆ ਸਕੂਲਾਂ ਵਿੱਚ ਆ ਜਾ ਕੇ ਵੀ ਮੈਂ ਥੱਕ ਗਿਆ ਜੇ ਕਿਤੇ 2000 ਜਵਾਕ ਪੜ੍ਹਦਾ ਤਾਂ 50 ਬੰਦੇ ਆਉਂਦੇ ਹੁੰਦੇ ਆ ਉੱਥੇ ਬਾਕੀ ਆਉਂਦੇ ਹੀ ਨਹੀਂ ਲੋਕ ਜਾਂ ਵਾਲੇ ਚੁੱਪ ਚਪੀਤੇ ਫੀਸਾਂ ਭਰੀ ਜਾਂਦੇ ਨੇ ਵੀ ਛੱਡੋ ਯਾਰ ਆਪਾਂ ਕੀ ਲੈਣਾ ਝਮੇਲੇ 'ਚ ਪੈ ਕੇ ਹੈ ਨਾ ਤਾਂ ਮੈਂ ਚਾਹੁੰਦਾ ਕਿ ਇਹ ਹੁਣ ਤੁਸੀਂ ਦੇਖੋ ਸਕੂਲਾਂ ਨੇ ਇੱਕ ਤਾਂ ਉਹਨਾਂ ਬੰਦਿਆਂ ਨੂੰ ਠਿੱਠ ਕਰਨਾ ਸ਼ੁਰੂ ਕਰ ਦੇਣਾ ਜਿਹੜੇ ਬੰਦੇ ਜਿੰਨੀਆਂ ਵੀ ਹੁਣ ਮਾੜੀਆਂ ਮੋਟੇ ਸ਼ਿੰਗਾਰਸ ਹੋਏ ਜਿਨ੍ਹਾਂ ਸਕੂਲਾਂ ਦੇ ਮੂਹਰੇ ਹੋਏ ਜਿਹੜੇ ਬੰਦੇ ਅੱਗੇ ਲੱਗੇ ਵੀ ਸੀ ਉਹਨਾਂ ਨੂੰ ਵੀ ਠਿੱਠ ਕਰਨਗੇ ਅਤੇ ਦੂਜਾ ਇਹਨਾਂ ਨੇ ਹੁਣ ਇਹ ਤੁਸੀਂ ਦੇਖੋ ਸਾਰੇ ਜਿੰਨੇ ਇਹਨਾਂ ਨੇ ਕੋਈ ਦਾਖਲਾ ਫੀਸ ਆ ਕੋਈ ਬੈਨਾਂ ਵਾਲੀ ਆ ਕੋਈ ਬਿਜਲੀ ਵਾਲੇ ਬਿੱਲ ਨੇ ਕੋਈ ਹੋਰ ਫੀਸਾਂ ਨੇ ਕੋਈ ਟਿਊਸ਼ਨ ਫੀਸ ਆ ਸਾਰੀਆਂ ਫੀਸਾਂ ਰਲਾ ਮਿਲਾ ਕੇ ਉੱਥੋਂ ਲੈਣੀਆਂ ਸ਼ੁਰੂ ਕਰ ਦੇਣੀਆਂ ਨੇ ਤਾਂ ਮੈਂ ਕਹਿਣਾ ਚਾਹੁੰਦਾ ਕਿ ਯਾਰ ਹਲੇ ਵੀ ਸਾਡੇ ਕੋਲ ਜੇ ਆਪਾਂ ਚਾਹੁੰਦੇ ਹਾਂ ਕਿ ਸਮਾਂ ਹੈਗਾ ਕਿ ਹਲੇ ਆਪਾਂ ਮੈਂ ਇੱਕ ਤਾਂ ਤੁਹਾਨੂੰ ਇਹ ਗੱਲ ਸਪਸ਼ਟ ਕਰ ਦਿੰਦਾ ਕਿ ਹਲੇ ਕੋਈ ਵੀ ਫੀਸ ਨਾ ਭਰਿਓ ਕਿਉਂਕਿ ਕੇਸ ਆ ਜਿਹੜਾ ਉਹ ਜਿਹੜੇ ਵਕੀਲ ਇਹਨੂੰ ਕੇਸ ਨੂੰ ਲੜ ਰਹੇ ਸੀ ਜਾਂ ਜਿਹੜੇ ਮਾਂ ਪਿਓ ਜਵਾਕਾਂ ਦੇ ਲੜ ਰਹੇ ਸੀ ਵਿੱਚ ਦੀ ਕੱਟਿਆ ਗਿਆ ਸੀਗਾ ਮੈਂ ਕਹਿਣਾ ਚਾਹੁੰਦਾ ਸੀਗਾ ਵੀ ਜਿਹੜਾ ਕੇਸ ਹੈ ਫੀਸ ਨਾ ਕੋਈ ਵੀ ਭਰਿਓ ਕੇਸ ਹਾਲੇ ਡਬਲ ਬੈਂਚ 'ਤੇ ਦੋ ਜੱਜਾਂ ਦੇ ਬੈਂਚ ਦੇ ਉੱਤੇ ਜਿਹੜਾ ਲਾ ਦਿੱਤਾ ਗਿਆ ਵਕੀਲਾਂ ਵੱਲੋਂ ਅਤੇ ਜਿਹੜੇ ਮਾਂ ਪਿਓ ਆ ਜਵਾਕਾਂ ਦੇ ਉਹਨਾਂ ਵੱਲੋਂ ਹਲੇ ਉਹਦਾ ਡਬਲ ਬੈਂਚ ਦਾ ਫੈਸਲਾ ਕੀ ਆਉਣਾ ਜਾਂ ਹੋ ਸਕਦਾ ਕੋਈ ਇਹ ਵੀ ਮੈਂ ਸੁਣਨ 'ਚ ਆਇਆ ਸੀਗਾ ਕਿ ਕਈ ਜਿਹੜੇ ਮਾਂ ਪਿਓ ਹੈ ਜਾਂ ਕਈ ਵਕੀਲ ਜਿਹੜੇ ਹੈਗੇ ਨੇ ਉਹ ਕਹਿੰਦੇ ਆ ਕਿ ਸੁਪਰੀਮ ਕੋਰਟ ਵੀ ਜਾਇਆ ਜਾ ਸਕਦਾ ਇਸ ਮਸਲੇ ਨੂੰ ਲੈ ਕੇ ਤਾਂ ਹਲੇ ਇੱਕ ਮੇਰਾ ਵੀਰ ਇਹ ਇੰਨੀ ਕਾਹਲੀ ਨਾ ਕਰਿਓ ਕਦੇ ਤੁਸੀਂ ਛੇਤੀ ਛੇਤੀ ਸਕੂਲਾਂ ਦੇ ਵਾਲੇ ਸੁਨੇਹੇ ਲਾਉਣ ਦੇ ਤੁਸੀਂ ਫੀਸਾਂ ਭਰਨੀਆਂ ਸ਼ੁਰੂ ਕਰ ਦਿਓ ਦੂਜੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਆਪਣਾ
नंबर है जो छूँगा ये उत्ते लिखूँगा। कई दीरे भी गिला कर देंगे होंगे कि यार बई नंबर लगता नहीं, जे लगता तू चकदा नहीं, तो वो समस्या पता की आँदी है यार, एक दिन के घट्टो घट्ट 1000 फोन सुनना पैंदा, तो हुण 1000 फोन सुन खातर मैनू पता बंदा कमला हो जूगा हथ नूं, एक फोन चकदिया बिच 20-25 फोन आए पे होंगे ने। तो मैं सोनू ये कहना चाहना कि जे कोई इस तरह का मैं अपना नंबर छड्डूंगा, तुसीं मैनू उस नंबर आप स्नेहा भेजते होंगे, स्नेहा जिन्होंने टैक्सट मैसेज कह दें आप भेजना कि असी स्कूल ना संबंधित तो भाई गल करनी, तो मैं तां चकूंगा। मैं सोनू ये कहना चाहना कि जे किते भी सोनू पहली गल तो आप करनी चाहिए कि जिला पद्धर के उत्ते आप जिन्हें जिले के बच्चे स्कूल ने सारे स्कूलों वाले माँ प्यो कट्ठे होकर जिला पद्धर तो लड़ाई लड़नी सौखी हो जाए, कल्ले कल्ले ना हो, कल्ले कल्ले मेरे को थोड़े एक स्कूल वाले भी आए थे भगते तो, या होर स्कूल वाले एक बठिंडे तो आए थे, वो अड्डो अड्डे स्कूलों वाले माँ प्यो तुरे फिरते जहाँ जवाक पढ़ते हैं। मैं चाहना हर जिले के जोड़ा है वो एक कमेटी बन जाए, तो वह जो कमेटी सारे स्नेहे लाओगी तो लोगों कट्ठे होना भी सौखे हो जाओ, कट्ठ भी ज्यादा हो जाऊगा तो वह प्रभाव भी ज्यादा जाऊगा। तो मैं वो दसना चाहना कि मैं अपना नंबर छड्डूंगा तो तुम उत्ते मैं स्नेहा भेज देना भी असं स्कूलों ना संबंधित ना भाई गल करनी चाहता, मैं थोड़ा फोन आप ही मैं सूँ फोन ला लूँगा। सो एक तो यह गल डरन की लोड़ नहीं हैगी, स्कूल थोड़े जवाक का ना नहीं कट सकता, कोई थोड़े जवाक का पढ़ाई का नुकसान नहीं कर सकता, ये सारे इन्हें डरावे ने, यह डरा के सूँ यह भी ए होजूगा जी आओ होजूगा थोड़ा जवाक का पिछे रह जूगा जी, थोड़ा दूजे जवाक अगे लंघ जाएंगे जी, वो सिलेबस नहीं पूरा होना जी, तरह तरह के सूँ बहाने ला के इन्होंने हूँ फीसा करवाया ने। एक गल बई लिखता कहना कहना बई जे बैन वाले ने उन्होंने की कसूर है, ठीक है वीरे आप कहने बैन वाले का कोई कसूर नहीं है, जिन्होंने बैना पाई हुई ने जे स्कूलों के पढ़ाने वाले टीचर ने मास्टर ने उन्होंने कोई कसूर नहीं है, स्कूलों ने यार बहुत रुपया कमाया, स्कूलों ने लखा करोड़ रुपया कमाया, जे स्कूलों वाले ये बैन वालों जे है अपने मास्टर है टीचर है उन्होंने आपके कोलों भी दे देंगे 2-4 महीनों दिन तनखा, तो कोई इन्हों फर्क नहीं पैंदा, इन्होंने बहुत मोटिया कमाइया स्कूलों के बच्चों की ने। ये भी जिमें आप गल करते ना अपना भाई जिंदू ने खोलिया मोदीखाना तो उदू बाद गल करी ड्रग माफिए की, ये भी स्कूल माफिया एक इन्होंने भी बहुत मतलब कि तारा उपर तक जुड़िया होंदिया ने। अज हम मैं सुन रहा जो बिंदर सिंगला है सिक्ख्या मंत्री है वो बयान सुन रहा है, वह कहना जी कुछ तो असी जी हक च होए ने साडे फैसले जी, कुछ साडे गलत उल्ट हो गए जी, है ना जाने सोचने वाली गल है कि यार जे सरकार चाहे तो सरकार पंजाब के लोगों वालों भी लड़ सकती ही जाके हाई कोर्ट, पर सरकार ने उस तरीके लड़े नहीं, तो बेचारे कुछ वकील है बैंस वर्गे कुछ लोग ही है जे आप तौर पर बेचारे लड़ रहे थे, ये तो जे सरकार लड़ती होंगी अपना दिलचस्पी लेके आपका निजी बना के मसला केस, तो मैं लगता नहीं कि यह फैसला लोगों के हक च ना आता। सो इन्नी मैं मेरा भीर बेनती करनी सी कि एक तो डटे रहो कोई चक्कर नहीं है थोड़े नाल खड़े हैं, पर मेरा भीर दुख होंगे भरावो जदों स्कूलों बाबत कट करी दा 1000-1000 15-15 जवाक पढ़ता हों बंदे उ 35-40 आते होंगे उदों लड़ाई लड़ी जानी, फिर ये लड़ाई तो ही लड़ी जाऊगी। मैं कहना जे 1000 जवाक पढ़ता उत्थे 400 जवाक भी है माँ प्यो भी आ जाए तो भी आप लड़ सकते हैं। सो इसलिए डरन की लोड़ नहीं, फीस ना हले भरो, हले देखो डबल बेंच का फैसला की आता है, हले इन्होंने हले पढ़ाई कहना चालू हो गई है भी आप अज ही भज लगे, पर तुम ये देख लो जे स्कूल बंद पे थे लंबे समय तो इन्होंने कोई ऑनलाइन पढ़ाई भी नहीं कराई, वह भी हम सब फीसा मंगनिया शुरू कर देंगे भी लियाओ जी हाई कोर्ट का तो फैसला आ गया फीसा भर के जाओ। सो फैसले चाहे वह सरकार के हो चाहे कोई होर हो लोगों के अगे लोग ताकत के अगे लोग एके दे अगे फैसले सारे फेल हो जाते हैं, फैसले वापस लेने पै जाते हैं, पर इतने लोड़ एके दी हैगी है, जे भरावो लुट करवानी है कराई जाओ कराई जानी है, रोज़ ही आप लुट कराने आप देख रहे बोलना बोलना तो आप भुल गए हैं, जुत्तियां खाने की सानू आदत पैगी, लुट करवाने की सानू आदत पैगी, आ देख लो तेल रोज़ वधी जांदा आप उत्थे नहीं कदे बोलते, एडा वड्डा फतवा अगले ने सुनाता किसानी का बिल लिया के किसानी के खिलाफ उत्थे ही चुप, रोज़ ही नवे तो नवे फतवे जारी होंगे ने,
रोज़ ही नवे तो नवे टैक्स लोगों के उत्ते लगते हैं, रोज़ लोगों जेबां वढ़ियां जांदियां ने, टुक्कियां जांदियां ने, बोलना बालना तो असी भुल चुके हैं, पता नहीं की साढ़े यार हो गया जमीरां नूं। सो पर मैं फिर भी दुख हुंदा कि यार नहीं, जिन्ने क मेरा वीर जागदे जमीर वाले लोग ने, जिन्ने क उठदे ने, जिन्ने क बोलदे ने, उन्ने की बहुत आ, उन्ने की बोलदे रहन। सो आओ आपां यही बेनती करदा कि भुल के भी तुसीं फीस ना भरो, जे फिर भी थोनू कोई स्कूल इस तरह तंग परेशान करदा तां मैं नंबर छड्डूंगा अपना, वो नंबर दे उत्ते मैनू तुसीं पहलां उह जिहड़ा सुनेहा भेजना, टैक्सट मैसेज भेजना भी असीं भाई फलाने पिंड तों आ जां फलाने शहर तों आ, फलाना जिला है, फलाना स्कूल है, असीं इस बाबत गल करना चाहुंदे, तां मैं थोनू आपे फोन ला लूंगा। धन्नवाद, जिउंदे वसदे रहो, एके नाल लड़ोंगे तां पंजाब बचूगा, लोक बचणगे, ना एक आ रहा कले कले का फिर छत्तर अं खाई जाने, लुट कराई जाने, कराई जावे। वाहगुरू जी का खालसा, वाहगुरू जी की फतह।